ਅੱਜ ਵਾਲੀ ਜਿਹੜੀ ਵੀਡੀਓ ਆਪਣੀ ਬੈਕ ਵਰਕਆਊਟ ਨੂੰ ਆਪਾਂ ਇੰਪਰੂਵ ਕਿੱਦਾਂ ਕਰ ਸਕਦੇ ਹਾਂ ਉਹਦੇ ਲਈ ਤੁਹਾਨੂੰ 5 ਡਿਫਰੈਂਟ ਟ੍ਰਿਕਸ ਜਾਂ 5 ਡਿਫਰੈਂਟ ਟੈਕਨੀਕਸ ਜਿਹੜੇ ਤੁਹਾਨੂੰ ਯਾਦ ਰੱਖਣੇ ਚਾਹੀਦੀਆਂ ਨੇ ਜਦੋਂ ਵੀ ਤੁਸੀਂ ਬੈਕ ਵਰਕਆਊਟ ਜਿਹੜਾ ਸਟਾਰਟ ਕਰਦੇ ਦ ਫਸਟ ਥਿੰਗ ਜਿਹੜੀ ਆਪਾਂ ਕਰਨੀ ਉਹ ਹੈ ਪੁਲੀ ਐਕਸਟਰਨਲ ਰੋਟੇਸ਼ਨ ਜਦੋਂ ਪੁਲੀ ਐਕਸਟਰਨਲ ਰੋਟੇਸ਼ਨ ਤੁਸੀਂ ਕਰ ਰਹੇ ਹੋ ਤਾਂ ਪੁਲੀ ਨੂੰ ਤੁਸੀਂ ਆਪਣੇ ਐਲਬੋ ਦੇ ਨਾਲ 90 ਡਿਗਰੀ ਤੇ ਸੈੱਟ ਕਰਨਾ ਠੀਕ ਹੈ ਔਰ ਇਹ ਆਪਣੀ ਨਿਊਟਰਲ ਪੋਜੀਸ਼ਨ ਤੋਂ ਨਿਊਟਰਲ ਪੋਜੀਸ਼ਨ ਤੋਂ ਤੁਸੀਂ ਐਕਸਟਰਨਲੀ ਪੁਲੀ ਨੂੰ ਰੋਟੇਟ ਕਰਨਾ ਹੈ ਕਿ ਤੁਹਾਡੀ ਐਲਬੋ ਜਿਹੜੀ ਉਹ ਮੂਵ ਨਾ ਕਰੇ ਐਕਸਟਰਨਲੀ ਰੋਟੇਟ ਕਰਕੇ 15 ਟੂ 20 ਰਿਪੀਟੇਸ਼ਨਸ ਕਰਨੇ ਆ ਤਾਂ ਕਿ ਆਪਣੇ ਜਿਹੜੇ ਇਨਫਰਾਸਪਾਈਨੇਟਸ ਹੈ ਉਹ ਪ੍ਰੋਪਰ ਵਾਰਮ ਅਪ ਹੋਵੇ ਬਿਫੋਰ ਯੂਅਰ ਬੈਕ ਵਰਕਆਊਟ ਐਂਡ ਚੇਂਜ ਸੋ ਬਾਅਦ ਆਪਣੇ ਜੋ ਸੈਕਿੰਡ ਐਕਸਰਸਾਈਜ਼ ਜਿਹੜੀ ਆਪਾਂ ਕਰਨੀ ਹੈ ਉਹ ਹੈ ਇੰਟਰਨਲ ਰੋਟੇਸ਼ਨ ਇੰਟਰਨਲ ਰੋਟੇਸ਼ਨ ਦੇ ਵਿੱਚ ਅਗੇਨ ਆਪਾਂ ਐਲਬੋ ਨੂੰ 90 ਡਿਗਰੀ ਦੇ ਉੱਪਰ ਲੌਕ ਕਰਨਾ ਨਿਊਟਰਲ ਪੋਜੀਸ਼ਨ ਤੇ ਰੱਖਣਾ ਆਪਣੀ ਪੁਲੀ ਨੂੰ ਤੁਸੀਂ ਬਾਹਰ ਨੂੰ ਨਹੀਂ ਜਾਣ ਦੇਣਾ ਉਹਨੂੰ ਨਿਊਟਰਲ ਪੋਜੀਸ਼ਨ ਤੋਂ ਹੀ ਆਪਾਂ ਇੰਟਰਨਲੀ ਰੋਟੇਟ ਕਰਨਾ ਤਾਂ ਕਿ ਆਪਣੇ ਸੁਪਰ ਸਪਾਈਨੇਟਸ ਨੂੰ ਵੀ ਆਪਾਂ ਟ੍ਰੇਨ ਕਰ ਸਕੀਏ ਉਹਨੂੰ ਵਾਰਮ ਅਪ ਕਰ ਸਕੀਏ ਬਿਫੋਰ ਆਰ ਬੈਕ ਵਰਕਆਊਟ 15 ਟੂ 20 ਰੈਪੀਟੇਸ਼ਨ 1 ਟੂ 2 ਸੈਟਸ ਜਦੋਂ ਤੁਸੀਂ ਆਪਣਾ ਬੈਕ ਵਰਕਆਊਟ ਸਟਾਰਟ ਕਰਦੇ ਹੋ ਤਾਂ ਮੇਕ ਸ਼ੋਰ ਕਿ ਤੁਸੀਂ ਇਹ ਦੋਨੋਂ ਐਕਸਰਸਾਈਜ਼ ਜਿਹੜੀਆਂ ਪਰਫਾਰਮ ਕਰੋ ਤਾਂ ਕਿ ਤੁਹਾਡਾ ਬੈਕ ਦੀ ਜਿਹੜੀ ਪ੍ਰਪੋਰਸ਼ਨ ਹੈ ਮਸਲ ਦੀ ਜਿਹੜੀ ਸਟਰੈਂਥ ਹੈ ਉਹ ਜ਼ਿਆਦਾ ਇੰਪਰੂਵ ਹੋ ਓਕੇ ਜਿਹੜੀ ਸੈਕਿੰਡ ਚੀਜ਼ ਜਿਹੜੀ ਤੁਸੀਂ ਧਿਆਨ ਰੱਖਣਾ ਆਪਾਂ ਆਪਣੇ ਟ੍ਰਪੇਜ਼ੀਅਸ ਮਸਲ ਨੂੰ ਐਕਟੀਵੇਟ ਕਰਨਾ ਬਹੁਤ ਵਾਰ ਜਿਹੜੇ ਬੈਕ ਵਰਕਆਊਟ ਕੀਤਾ ਜਾਂਦਾ ਉਹਦੇ ਵਿੱਚ ਕੀ ਹੈ ਜਿਹੜੇ ਆਪਣੇ ਟ੍ਰੈਪਸ ਨੇ ਉਹਨਾਂ ਨੂੰ ਬਿਲਕੁਲ ਐਂਡ ਤੇ ਟ੍ਰੇਨ ਕੀਤਾ ਜਾਂਦਾ ਬਟ ਜਦੋਂ ਵੀ ਤੁਸੀਂ ਬੈਕ ਵਰਕਆਊਟ ਸਟਾਰਟ ਕਰਨਾ ਤੁਸੀਂ ਯਾਦ ਰੱਖਣੀ ਚੀਜ਼ ਕਿ ਆਪਾਂ ਆਪਣੇ ਟ੍ਰਪੇਜ਼ੀਅਸ ਨੂੰ ਵਾਰਮ ਅਪ ਜ਼ਰੂਰ ਕਰੋ ਟ੍ਰਪੇਜ਼ੀਅਸ ਨੂੰ ਵਾਰਮ ਅਪ ਕਰਾਂਗੇ ਪਾਰਸ਼ੀਅਲ ਰੈਪਸ ਲਗਾ ਕੰਪਲੀਟ ਨਹੀਂ ਲਗਾਣੇ ਤੋ ਸਲੋਲੀ ਆਪਣੇ ਸਕੈਪੁਲਾ ਨੂੰ ਅਪ ਕਰਨਾ ਡਾਊਨ ਇਹਦੇ ਵਿੱਚ ਜਿਹੜਾ ਫੋਕਸ ਆਪਾਂ ਸਟ੍ਰੈਚਿੰਗ ਵੱਲ ਰੱਖਣਾ 20 ਟੂ 25 ਰੈਪੀਟੇਸ਼ਨਸ ਦੋ 1 ਟੂ 2 ਸੈਟਸ ਤੁਸੀਂ ਇਹਦੇ ਲਗਾ ਸਕਦੇ ਹੋ ਬਿਫੋਰ ਯੂਅਰ ਬੈਕ ਵਰਕਆਊਟ ਤਾਂ ਕਿ ਆਪਣੇ ਟ੍ਰੈਪ ਜਿਹੜੇ ਨੇ ਉਹ ਐਕਟੀਵੇਟਡ ਹੋ ਜਾਣ ਬੈਕ ਵਰਕਆਊਟ ਲਈ ਫਿਰ ਥਰਡ ਕੀ ਜਿਹੜੀ ਤੁਹਾਨੂੰ ਬੈਕ ਵਰਕਆਊਟ ਨੂੰ ਧਿਆਨ ਰੱਖਣਾ ਮੋਸਟਲੀ ਕੀ ਹੈ ਜਦੋਂ ਵੀ ਆਪਾਂ ਬੈਕ ਵਰਕਆਊਟ ਸਟਾਰਟ ਕਰਦੇ ਹਾਂ ਤਾਂ ਐਵਰੀਬਡੀ ਸਟਾਰਟਸ ਟੂ ਪੁੱਲ ਹੈ ਨਾ ਕਿ ਪਹਿਲਾਂ ਹੀ ਮਸਲ ਨੂੰ ਪੁੱਲ ਕਰਨ ਦੀ ਆਪਾਂ ਟਰਾਈ ਕਰਦੇ ਕਿ ਜਦੋਂ ਵੀ ਆਪਾਂ ਲੈਟ ਪੁੱਲ ਡਾਊਨ ਲਗਾ ਰਹੇ ਹਾਂ ਤਾਂ ਆਪਣਾ ਫੋਕਸ ਹੈ ਕਿ ਆਪਾਂ ਉਹਨੂੰ ਪੁੱਲ ਕਰਨਾ ਬਟ ਜਦੋਂ ਵੀ ਤੁਸੀਂ ਲੈਟ ਪੁੱਲ ਡਾਊਨ ਲਗਾ ਰਹੀ ਹੈ ਤਾਂ ਕੋਈ ਵੀ ਤੁਸੀਂ ਬੈਕ ਐਕਸਰਸਾਈਜ਼ ਕਰਨੀ ਹੈ ਵਿੱਚ ਬਹੁਤ ਵੱਡਾ ਰੋਲ ਹੈ ਸਟ੍ਰੈਚ ਬਿਫੋਰ ਪੁੱਲ ਸੋ ਜਦੋਂ ਤੁਸੀਂ ਇਹਨੂੰ ਸਟ੍ਰੈਚ ਕਰੋਗੇ ਆਪਣੀ ਆਰਮਸ ਨੂੰ ਓਪਨ ਕਰੋਗੇ ਦੇਖੋ ਆਪਣਾ ਜਿਹੜੇ ਲੈਟਸ ਨੇ ਉਹ ਵਾਈਡ ਓਪਨ ਨੇ ਹੁਣ ਤੁਸੀਂ ਉਹਨੂੰ ਪੁੱਲ ਕਰੋਗੇ ਐਂਡ ਸਟ੍ਰੈਚ ਐਂਡ ਬ੍ਰਿੰਗ ਇਟ ਡਾਊਨ ਪਰਫੈਕਟ ਸਟ੍ਰੈਚ ਪੁੱਲ ਡਾਊਨ ਸੋ ਜਦੋਂ ਵੀ ਤੁਸੀਂ ਬੈਕ ਦੀ ਐਕਸਰਸਾਈਜ਼ ਸਟਾਰਟ ਕਰਨੀ ਹੈ ਇਸ ਨੂੰ ਜ਼ਰੂਰ ਦੇਖੋ ਕਿ ਤੁਸੀਂ ਸਿਰਫ ਪੁੱਲ ਨਹੀਂ ਕਰ ਰਹੇ ਤੁਸੀਂ ਪਹਿਲਾਂ ਆਪਣੇ ਬੈਕ ਨੂੰ ਸਟ੍ਰੈਚ ਕਰਨਾ ਉਸ ਤੋਂ ਬਾਅਦ ਉਹਨੂੰ ਪੁੱਲ ਡਾਊਨ ਕਰਨਾ ਫੋਰਥ ਜਿਹੜੀ ਇੰਪੋਰਟੈਂਟ ਕੀ ਹੈ ਬੈਕ ਵਰਕਆਊਟ ਦੇ ਵਿੱਚ ਇਜ਼ ਯੋਰ ਗ੍ਰਿਪ ਅਗਰ ਤੁਸੀਂ ਆਪਣੀ ਗ੍ਰਿਪ ਨੂੰ ਅੰਡਰਸਟੈਂਡ ਕਰੋਗੇ ਕਿ ਤੁਸੀਂ ਬੈਕ ਵਰਕਆਊਟ ਦੇ ਵਿੱਚ ਆਪਾਂ ਕਾਫੀ ਮੂਵਮੈਂਟਸ ਕਰ ਸਕਦੇ ਹਾਂ ਜਿਹਦੇ ਨਾਲ ਆਪਾਂ ਆਪਣੇ ਜ਼ਿਆਦਾ ਮਸਲਸ ਨੂੰ ਹਿੱਟ ਕਰ ਸਕਦੇ ਹਾਂ ਫੋਰ ਐਗਜ਼ਾਮਪਲ ਕਿ ਜਦੋਂ ਆਪਾਂ ਬੈਂਟ ਓਵਰ ਰੋ ਲਗਾ ਰਹੇ ਹਾਂ ਜਾਂ ਡੰਬਲ ਰੋਇੰਗ ਆਪਾਂ ਕਰ ਰਹੇ ਹਾਂ ਨੋਰਮਲੀ ਜਿਹੜੀ ਗ੍ਰਿਪ ਹੈ ਉਹੀ ਗ੍ਰਿਪ ਜਿਹੜੀ ਯੂਜ਼ ਕੀਤੀ ਜਾਂਦੀ ਹੈ ਬਟ ਇਸ ਨੂੰ ਆਪਾਂ ਜ਼ਿਆਦਾ ਇਫੈਕਟਿਵ ਕਰ ਸਕਦੇ ਹਾਂ ਅਗਰ ਆਪਾਂ ਐਂਡ ਵਾਲੇ ਮੋਸ਼ਨ ਦੇ ਉੱਪਰ ਗ੍ਰਿਪ ਨੂੰ ਐਕਸਟੈਂਡ ਕਰ ਦਈਏ ਆਪਣੇ ਲੈਗ ਨੂੰ ਸਟ੍ਰੈਚ ਕਰ ਲਈਏ ਹੁਣ ਜਦੋਂ ਤੁਸੀਂ ਇਹਨੂੰ ਟਵਿਸਟ ਕਰੋਗੇ ਸਟ੍ਰੈਚ ਐਂਡ ਦੇ ਮੋਸ਼ਨ ਦੇ ਉੱਪਰ ਆ ਕੇ ਆਪਾਂ ਇਹਨੂੰ ਹਲਕਾ ਜਿਹਾ ਟਵਿਸਟ ਕਰਕੇ ਇਹਨੂੰ ਹੋਰ ਜ਼ਿਆਦਾ ਆਪਣਾ ਜਿਹੜਾ ਬੈਕ ਹੈ ਉਹਨੂੰ ਆਪਾਂ ਸਕੁਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਲਾਸਟ ਮੋਸ਼ਨ ਤੇ ਸੋ ਗ੍ਰਿਪ ਨੂੰ ਜਦੋਂ ਤੁਸੀਂ ਇਹਦਾ ਵੇਰੀ ਕਰਦੇ ਹੋ ਤੁਸੀਂ ਅਪਲਾਈ ਕਰਦੇ ਹੋ ਕਿ ਤੁਸੀਂ ਕੇਬਲ ਕ੍ਰੋਸ ਰੋਇੰਗ ਤੁਸੀਂ ਲਗਾ ਰਹੇ ਹੋ ਸੀਟਡ ਕੇਬਲ ਲਗਾ ਰਹੇ ਹੋ ਤਾਂ ਉਹਦੇ ਵਿੱਚ ਅਗਰ ਤੁਸੀਂ ਆਪਣੀ ਗ੍ਰਿਪਸ ਨੂੰ ਵੇਰੀ ਕਰੋਗੇ ਤਾਂ ਗ੍ਰਿਪਸ ਨੂੰ ਵੇਰੀ ਕਰਨ ਨਾਲ ਤੁਹਾਡੇ ਜਿਹੜੇ ਮਸਲਸ ਨੇ ਜ਼ਿਆਦਾ ਰਿਕਰੂਟ ਹੋਣਗੇ ਤੁਹਾਡਾ ਬੈਕ ਜਿਹੜਾ ਵਰਕਆਊਟ ਹੈ ਉਹ ਜ਼ਿਆਦਾ ਇਫੈਕਟਿਵ ਹੋਵੇਗਾ ਓਕੇ ਲਾਸਟ ਜਿਹੜੀ ਸਭ ਤੋਂ ਇੰਪੋਰਟੈਂਟ ਟੈਕਨੀਕ ਹੈ ਇਨ ਯੋਰ ਬੈਕ ਵਰਕਆਊਟ ਜਿਹੜੀ ਤੁਹਾਨੂੰ ਇੰਪਲੀਮੈਂਟ ਕਰਨੀ ਚਾਹੀਦੀ ਹੈ ਐਵਰੀ ਸੈੱਟ ਦੇ ਵਿੱਚ ਐਵਰੀ ਰੈਪ ਦੇ ਵਿੱਚ ਉਹ ਹੈ ਜਿਵੇਂ ਫੋਰ ਐਗਜ਼ਾਮਪਲ ਆਪਾਂ ਗਰਾਊਂਡ ਪੁੱਲੀ ਜਿਹੜੀ ਕਰ ਰਹੇ ਹਾਂ ਨੋਰਮਲੀ ਗਰਾਊਂਡ ਪੁੱਲੀ 'ਚ ਜਿਹੜਾ ਮੋਸ਼ਨ ਹੈ ਐਸ ਯੂ ਕੈਨ ਸੀ ਕਿ ਆਪਾਂ ਇਹੀ ਮੋਸ਼ਨ ਆਪਾਂ ਇੰਪਲੀਮੈਂਟ ਕਰਦੇ ਹਾਂ ਬਟ ਇਹਨੂੰ ਆਪਾਂ ਹਲਕਾ ਜਿਹਾ ਮੋਡੀਫਾਈ ਕਰ ਸਕਦੇ ਹਾਂ ਐਵਰੀ ਰੈਪ ਜਿਹੜਾ ਤੁਸੀਂ ਕਰ ਰਹੇ ਹੋ ਆਪਣੇ ਬੈਕ ਵਰਕਆਊਟ ਦੇ ਵਿੱਚ ਉਹਨੂੰ ਇੰਪਰੂਵ ਕੀਤਾ ਜਾ ਸਕਦਾ ਫਸਟ ਆਫ ਆਲ ਪਹਿਲਾਂ ਆਪਾਂ ਉਹਨੂੰ ਸਟ੍ਰੈਚ ਕਰਾਂਗੇ ਜਿਹੜਾ ਆਪਣਾ ਰੂਲ ਨੰਬਰ 2 ਸੀਗਾ ਕਿ ਸਟ੍ਰੈਚ ਜਿਹੜਾ ਆਪਾਂ ਕਰਨਾ ਸਟ੍ਰੈਚ ਕੀਤਾ ਹੁਣ ਉਹਨੂੰ ਪਿੱਛੇ ਨੂੰ ਜਦੋਂ ਤੁਸੀਂ ਇਹਨੂੰ ਪੁੱਲ ਕਰੋਗੇ ਆਪਣੇ ਸ਼ੋਲਡਰ ਬਲੇਡਸ ਨੂੰ ਪਿੱਛੇ ਨੂੰ ਮੂਵ ਕੀਤਾ ਔਰ ਐਂਡ ਦੇ ਉੱਪਰ ਜਾ ਕੇ ਤੁਸੀਂ ਉਹਨੂੰ ਸਕੁਈਜ਼ ਐਂਡ ਹੋਲਡ ਤੁਹਾਡੇ ਐਟਲੀਸਟ ਫਸਟ 5 ਟੂ 6 ਰੈਪਸ ਇਨ ਐਵਰੀ ਐਕਸਰਸਾਈਜ਼ ਜਿਹੜੇ ਆ ਉਹ ਹੋਲਡ ਹੋਣੇ ਚਾਹੀਦੇ ਆ ਔਰ ਜਿਹੜਾ ਜਦੋਂ ਤੁਸੀਂ ਐਕਸਰਸਾਈਜ਼ ਫਿਨਿਸ਼ ਕਰਨੀ ਹੈ ਲਾਸਟ 2 ਟੂ 3 ਰੈਪਸ ਉਦੋਂ ਵੀ ਤੁਸੀਂ 1 ਟੂ 2 ਸੈਕਿੰਡ ਦਾ ਹੋਲਡ ਕਰਨਾ ਜਿਹਦੇ ਨਾਲ ਕਿ ਆਪਣੀ ਮਸਲ ਦੀ ਰਿਕਰੂਟਮੈਂਟ ਐਂਡ ਕੰਟਰੈਕਸ਼ਨ ਇੰਪਰੂਵ ਹੋਵੇਗੀ ਔਰ ਤੁਹਾਡੀ ਓਵਰਆਲ ਜਿਹੜੀ ਬੈਕ ਹੈ ਉਹ ਜ਼ਿਆਦਾ ਡਿਵਲਪ ਹੋਵੇਗੀ
squeeze. Okay, count to one, let it go. Do 15 to 20 reps. Jada first set tha thoda 15 to 20 reps da hona chahiye jide vich first 5 to 6 reps ne oh squeeze karke us baad tusi normal frequency de utte apne reps jide ne oh laga sakde ho par end jado karna odo phir apa 2 to 3 reps jide ne oh apa squeeze karke taaki apa zyada benefit le sakiye apne back workout. Done.